ਕਿ ਜੇ ਮੈਨੂੰ ਫਾਹੇ ਲਾਉਣਾ ਫਾਹੇ ਲਾ ਦਿਓ ਤੇ ਜੇ ਮੇਰੀ ਫਾਹੇ ਨਹੀਂ ਲਾਉਣਾ ਤਾਂ ਫਿਰ ਮੇਰੀ ਡੈਸ ਸੈਂਟੈਂਸ ਕਮਿਊਟ ਕਰਕੇ ਇਹਨੂੰ ਲਾਈਫ ਅੋਰੀਜਨਲ ਮੈਟਲ ਬਦਲ ਦਿੱਤਾ ਜਾਵੇ ਇਹ ਕਹਿਣਾ ਹੈ ਪਾਈ ਬਲਵਾਂਸਿੰਗ ਰਾਜਵਾਨਾ ਦਾ ਜੋ ਕਿ ਇਸ ਵੇਲੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੰਤ ਨੇ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਜ਼ਾ ਨੂੰ ਜਾਂ ਤਾਂ ਫਿਰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ ਜਾਫਰ ਉਹਨਾਂ ਨੂੰ ਇੱਕ ਵਾਰ ਫਾਹੇ ਟੰਗਿਆ ਜਾਵੇ ਇਸ ਨੂੰ ਲੈ ਕੇ ਭਾਈ ਪਲਵਨ ਸਿੰਘ ਰਾਜਵਾਨਾ ਵੱਲੋਂ ਬਾਰ-ਬਾਰ ਭੁਖੜਤਾਲ ਕੀਤੀ ਜਾ ਰਹੀ ਅਤੇ ਮੰਗ ਕੀਤੀ ਜਾ ਰਹੀ ਕਿ ਉਹਨਾਂ ਦਾ ਫੈਸਲਾ ਇੱਕ ਪਾਸੜ ਕੀਤਾ ਜਾਵੇ ਇਸ ਨੂੰ ਲੈ ਕੇ ਐਸਪੀਸੀ ਵੱਲੋਂ ਰਾਜਵਾਨਾ ਦੀ फांसी ਦੀ ਮੰਗ ਨੂੰ ਲੈ ਕੇ ਵੀ ਪਟੀਸ਼ਨ ਪਾਈ ਗਈ ਸੀ ਇਸ ਪਟੀਸ਼ਨ ਉੱਤੇ ਕੇਂਦਰ ਨੂੰ ਫੈਸਲਾ ਲੈਣ ਲਈ ਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਅਪੀਲ ਕੀਤੀ ਹੈ ਅਤੇ ਉਹਨਾਂ ਕਿਹਾ ਕਿ 31 ਦਸੰਬਰ ਤੱਕ ਤੁਹਾਡੇ ਕੋਲ ਸਮਾਂ ਹੈ ਜੇਕਰ ਤੁਸੀਂ ਇਸ ਤੇ ਫੈਸਲਾ ਨਹੀਂ ਸੁਣਾਦੇ ਤਾਂ ਫਿਰ ਅਸੀਂ ਕਰਾਂਗੇ ਜੋ ਵੀ ਕਰਨਾ ਹੋਇਆ ਕਿ ਭਾਈ ਰਾਜਵਾਨਾ ਸਾਹਿਬ ਵੀ ਆਪਣੀ ਸਿਹਤ ਨੂੰ ਮੁੱਦੇ 'ਤੇ ਨਜ਼ਰ ਰੱਖਦੇ ਹੋਏ ਇਹ ਪੋਖੜ ਤਾਲ ਦਾ ਫੈਸਲਾ ਵਾਪਸ ਲੈਣ ਭਾਵੇਂ ਉਹਨਾਂ ਨੂੰ ਆਰਡਰ ਭੇਜ ਦਿੱਤਾ ਗਿਆ ਆਦੇਸ਼ ਜਿਹੜਾ ਉਹ ਭੇਜ ਦਿੱਤਾ ਗਿਆ ਸੀਗਾ ਪਰ ਫਿਰ ਵੀ ਅੱਜ ਸਿੰਘ ਸਾਹਿਬ ਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤਾਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਔਰ ਤਾਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਉਹ ਅੱਜ ਆ ਕੇ ਤੇ ਨਾਲ ਮੈਂ ਉਹਨਾਂ ਨਾਲ ਚੰਗੇ ਮਾਹੌਲ ਦੇ ਵਿੱਚ ਗੱਲ ਹੋਈ ਉਹਨਾਂ ਦੇ ਗੁੱਸੇ ਗਿਲੇ ਵੀ ਬਹੁਤ ਹੱਦ ਤੱਕ ਬਾਜਬ ਆ ਬਾਜਬ ਇਸ ਕਰਕੇ ਆ ਕਿ ਮੈਂ ਤੁਹਾਡੇ ਮੀਡੀਅਮ ਰਾਹੀਂ ਵੀ ਕਹਿਣਾ ਚਾਹਨਾ ਕਿ ਉਹ ਹਾਲੇ ਬੰਦੀ ਸਿੰਘ ਨਹੀਂ ਬਣੇ ਉਹ ਡੈਥ ਸੈਂਟੈਂਸ ਹੋਈ ਉਹ ਤੇ ਡੈੱਟ ਸੈਲ ਦੇ ਵਿੱਚ ਬੈਠੇ ਆ ਦੂਸਰਿਆਂ ਸਿੰਘਾਂ ਨੂੰ ਕਿਉਂਕਿ ਕਿਸੇ ਨੂੰ ਡੈਥ ਪੈਨਲਟੀ ਨਹੀਂ ਇਸ ਕਰਕੇ ਉਹ ਕਹਿੰਦੇ ਵੀ ਮੇਰਾ ਕੇਸ ਜਿਹੜਾ ਆ ਉਹ ਸਾਰਿਆਂ ਨਾਲੋਂ ਵੱਖਰਾ ਆ ਸੋ ਉਹਨਾਂ ਨੇ ਅੱਜ ਵੀ ਇਹ ਕਿਹਾ ਪੇ ਮੇਰਾ ਤੁਰੰਤ ਫੈਸਲਾ ਕਰਵਾਓ ਤੇ ਜੇ ਫੈਸਲਾ ਨਹੀਂ ਹੁੰਦਾ ਫਿਰ ਮੇਰੀ ਜਿਹੜੀ ਉਹ ਪਟੀਸ਼ਨ ਆ ਉਹ ਜਿਹੜੀ ਤੁਸੀਂ ਸ਼ੋਮਣੀ ਕਮੇਟੀ ਨੇ ਪਾਈ ਵਾਪਸ ਲਾਓ ਹੁਣ 31 ਦਸੰਬਰ ਸਿੰਘ ਸਾਹਿਬ ਨੇ ਦਿੱਤੀ ਆ ਇਹ ਸ਼ੋਮਣੀ ਕਮੇਟੀ ਨੇ ਨਹੀਂ ਦਿੱਤੀ ਤਰੀਕ ਉਹਨੇ ਡੈਡਲਾਈਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਦਿੱਤੀ ਆ ਮੈਂ ਕਹਿਣਾ ਚਾਹੁੰਦਾ ਸੈਂਟਰ ਦੀ ਸਰਕਾਰ ਨੂੰ ਅਸੀਂ ਪੀਖ ਨਹੀਂ ਮੰਗਦੇ ਅਸੀਂ ਇਨਸਾਫ ਮੰਗ ਰਹੇ ਹਾਂ ਕਾਨੂੰਨ ਵੀ ਕਹਿੰਦਾ ਵੀ ਜਿਹੜਾ ਬੰਦਾ 5-7 ਸਾਲ ਸਾਡ ਡੈਥ ਸੈਂਟੈਂਸ ਦੇ ਵਿੱਚ ਡੈਥ ਸੈਲ ਦੇ ਵਿੱਚ ਬੈਠਾ ਨਹੀਂ ਐਗਜ਼ੀਕਿਊਸ਼ਨ ਹੋਈ ਤੇ ਉਹਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਵੇ ਤੇ ਸਾਡੀ ਵਾਰ ਨੂੰ ਕਿਹੜੀਆਂ ਜ਼ੰਜੀਰਾਂ ਪਾਈਆਂ ਆ ਕਿਉਂ ਨਹੀਂ ਕੀਤਾ ਜਾਂਦਾ ਇਹ ਫੈਸਲਾ ਤੇ ਹੁਣ ਉਹ ਕਹਿੰਦਾ ਮੇਰੀ ਇਹ ਇੱਕ ਇੱਛਾ ਆ ਕਿ ਜੇ ਮੈਨੂੰ ਫਾਹੇ ਲਾਉਣਾ ਫਾਹੇ ਲਾ ਦਿਓ ਤੇ ਜੇ ਮੇਰੀ ਫਾਹੇ ਨਹੀਂ ਲਾਉਣਾ ਤਾਂ ਫਿਰ ਮੇਰੀ ਡੈੱਟ ਸੈਂਟੈਂਸ ਕਮਿਊਟ ਕਰਕੇ ਇਹਨੂੰ ਲਾਈਫ ਅਮਰੀਕਨ ਮੈਟਲ ਬਦਲ ਦਿੱਤਾ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ 31 ਦਸੰਬਰ ਤੱਕ ਕੀ ਫੈਸਲਾ ਆਉਂਦਾ ਹੈ